ਥਾਣਿਆਂ ਦੇ ਬਾਹਰ ਹਿੰਦੂ ਸੰਗਠਨ ਦੇ ਲੋਕ ਬਹਿ ਗਏ ਨੇ। ਦੱਸਦੀ ਹੈ ਕਿ ਇੱਕ ਸਿੰਗਰ ਜਿਸ ਦੇ ਵੱਲੋਂ ਗਾਣਾ ਗਾਇਆ ਗਿਆ, ਉਸਨੇ ਆਪਣੇ ਗਾਣੇ ਦੇ ਵਿੱਚ ਸ਼ਨੀ ਦੇਵ ਦਾ ਯਾਨੀ ਕਿ ਸ਼ਨੀ ਭਗਵਾਨ ਦਾ ਜ਼ਿਕਰ ਕਰ ਦਿੱਤਾ ਤੇ ਉਸ ਨੂੰ ਅਸਲੇ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ, ਜਿਸ ਤੋਂ ਬਾਅਦ ਲਗਾਤਾਰ ਹਿੰਦੂ ਸੰਗਠਨ ਦੇ ਲੋਕਾਂ ਦੇ ਵਿੱਚ ਅਤੇ ਸ਼ਿਵ ਸੈਨਾ ਵਾਲਿਆਂ ਵਿੱਚ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ। ਤਾਂ ਇਸੇ ਤਰੀਕੇ ਦੇ ਨਾਲ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਗੁਰਮਨ ਮਾਨ ਜਿਹੜਾ ਸਿੰਗਰ ਹੈ ਜਿਸ ਦੇ ਵੱਲੋਂ ਗਾਣਾ ਗਾਇਆ ਗਿਆ ਅਤੇ ਉਸ ਗਾਣੇ ਦੇ ਵਿੱਚ ਉਸਨੇ ਸ਼ਨੀ ਦੇਵ ਦਾ ਜ਼ਿਕਰ ਕੀਤਾ ਹੋਇਆ ਹੈ, ਤਾਂ ਇਸੇ ਗੱਲ ਨੂੰ ਲੈ ਕੇ ਹਿੰਦੂ ਸੰਗਠਨ ਗੁੱਸੇ ਦੇ ਵਿੱਚ ਸੀ। ਇਸੇ ਸੰਗਠਨ ਦੇ ਵੱਲੋਂ ਥਾਣੇ ਆ ਕੇ FIR ਦਰਜ ਕਰਵਾਉਣੀ ਚਾਹੀ, ਪਰ ਪੁਲਿਸ ਦਾ ਇਹ ਕਹਿਣਾ ਸੀ ਕਿ ਹਾਲੇ ਅਸੀਂ ਤੁਹਾਡੀ ਸ਼ਿਕਾਇਤ ਕਬੂਲ ਕਰ ਰਹੇ ਹਾਂ, FIR ਤਫਤੀਸ਼ ਤੋਂ ਬਾਅਦ ਹੀ ਰਜਿਸਟਰ ਕੀਤੀ ਜਾਵੇਗੀ। ਪਰ ਇਹ ਹਿੰਦੂ ਸੰਗਠਨ ਦੇ ਲੋਕਾਂ ਦਾ ਇਹ ਕਹਿਣਾ ਸੀ ਕਿ ਜੇਕਰ ਤੁਸੀਂ FIR ਦਰਜ ਨਹੀਂ ਕਰੋਗੇ ਤਾਂ ਅਸੀਂ ਹੁਣੇ ਇੱਥੇ ਧਰਨਾ ਦੇ ਦੇਵਾਂਗੇ, ਇੱਥੇ ਮੰਦਰ ਖੋਲ੍ਹ ਲਵਾਂਗੇ, ਮੰਦਰ ਖੋਲ੍ਹ ਕੇ ਪੱਕਾ ਧਰਨਾ ਲਾ ਕੇ ਬਹਿ ਜਾਂਗੇ। ਤਾਂ ਪੁਲਿਸ ਨੇ ਵੀ ਅੱਗੋਂ ਉਹਨਾਂ ਨੂੰ ਜਵਾਬ ਦਿੱਤਾ ਕਿ ਕੋਈ ਵੀ ਪਰਚਾ, ਕੋਈ ਵੀ FIR ਤਫਤੀਸ਼ ਤੋਂ ਬਾਅਦ ਹੀ ਹੁੰਦੀ ਹੈ, ਕਿਉਂਕਿ ਜਿਹੜੇ ਇਲਾਕੇ ਦੇ ਵਿੱਚ ਇਹਨਾਂ ਲੋਕਾਂ ਨੇ ਧਰਨਾ ਲਗਾਇਆ ਉਹ ਇਲਾਕੇ ਦੇ ਵਿੱਚ ਉਹ ਪੰਜਾਬੀ ਸਿੰਗਰ ਰਹਿਣ ਵਾਲਾ ਨਹੀਂ ਹੈ, ਉਹ ਕਿਸੇ ਬਾਹਰਲੇ ਇਲਾਕੇ ਦਾ ਹੈ। ਤਾਂ ਕਰਕੇ ਪੁਲਿਸ ਨੇ ਬਿਆਨ ਦਿੱਤੇ ਨੇ ਅਤੇ ਇਹਨਾਂ ਹਿੰਦੂ ਸੰਗਠਨ ਦੇ ਲੋਕਾਂ ਨੇ ਵੀ ਬਿਆਨ ਦਿੱਤੇ ਨੇ। ਆਓ ਦੋਨਾਂ ਦੇ ਬਿਆਨ ਸੁਣਦੇ ਹਾਂ ਕਿ ਆਖਿਰਕਾਰ ਕਿਉਂ ਇਸ ਸਿੰਗਰ ਦੇ ਖਿਲਾਫ ਹੋ ਗਏ ਹਿੰਦੂ ਸੰਗਠਨ ਦੇ ਲੋਕ। ਅਸੀਂ ਸਵੇਰੇ ਆਏ ਹਾਂ ਮੁਕੇਸ਼ ਜੀ ਔਰ ਆਪਣੇ ਅਨਿਲ ਭਾਰਦਵਾਜ ਜੀ ਦੇ ਨਾਲ, ਜਦੋਂ ਅਸੀਂ ਆ ਕੇ ਇੱਥੇ ਗੱਲ ਦੱਸੀ SHO ਸਾਹਿਬ ਨੇ ਫੋਨ ਨਹੀਂ ਚੱਕਿਆ ਸਾਡਾ, ਅਸੀਂ ਬੇਨਤੀ ਲਾਉਂਦੇ ਰਹੇ ਵੀ ਫੋਨ ਚੱਕ ਲਓ ਫੋਨ ਚੱਕ ਲਓ, ਲੇਕਿਨ ਨਹੀਂ ਚੱਕਿਆ। ਭਾਅ ਜੀ ਅੰਦਰ ਜਾਣ ਦੀ ਲੋੜ ਨਹੀਂ ਹੈਗੀ, ਨਾ ਲੋੜ ਨਹੀਂ ਹੈਗੀ। ਅਤੇ ਜਦੋਂ ਹੋਇਆ ਕਿ ਜਦੋਂ ਅਸੀਂ ਇੱਕ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਤਾਂ SHO ਸਾਹਿਬ ਭੜਕ ਗਏ, ਉਹਨਾਂ ਨੇ ਕਾਰਵਾਈ ਕਰਦੇ ਜੈ ਸ਼੍ਰੀ ਰਾਮ ਦਾ ਨਾਰਾ ਕਿਉਂ ਲਾਇਆ, ਬਸ ਪਤਾ ਨਹੀਂ ਕੀ ਪਰੇਸ਼ਾਨੀ ਇਹਨਾਂ ਨੂੰ। ਮੈਨੂੰ ਤਾਂ ਇਹ ਲੱਗਦਾ ਮੈਨੂੰ ਚੱਲਣ ਹੋ ਗਈ ਵੀ ਰਾਮ ਮੰਦਿਰ ਬਣ ਕੇ ਤਿਆਰ ਹੋਣਾ, ਇਹ ਲੋਕਾਂ ਨੂੰ ਪਰੇਸ਼ਾਨੀ ਸੀ। ਅਸੀਂ ਤਾਂ ਕਹਿੰਦੇ ਹੋਰ ਸਮੁਦਾਇ ਦੇ ਇਲਜ਼ਾਮ ਲਾਉਂਦੇ ਰਹਿੰਦੇ, ਪਰ ਅਸਲੀ ਤਾਂ ਦਿੱਕਤ ਇਸ SHO ਨੂੰ ਸੀ। ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦੁਸ਼ਮਣ ਬੈਠੇ, ਜਿਹਨੇ ਸਾਨੂੰ ਰੋਕਿਆ ਫਿਰ ਅਸੀਂ ਨਹੀਂ ਰੁਕਣਾ। ਹੁਣ ਤੁਸੀਂ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਕੀ, ਜੇ ਨਹੀਂ ਪਰਚਾ ਕਰੂਗਾ ਤਾਂ ਅਸੀਂ ਇੱਥੇ ਜਗ੍ਹਾ ਦੇਖਾਂਗੇ, ਅਸੀਂ ਮੰਦਰ ਬਣਾ ਦੇਣਾ, ਅਸੀਂ ਇੱਥੇ ਹੀ ਬੈਠ ਜਾਣਾ। ਪਰਚਾ ਅਸੀਂ ਕਰਾਉਣਾ ਹੈ ਜੀ, ਜਿਹੜਾ ਕਿ ਸ਼ਨੀ ਦੇਵ ਭਗਵਾਨ 'ਤੇ ਜਿਹਨੇ ਟਿੱਪਣੀ ਕੀਤੀ ਹੈ, ਗੁਰਮਨ ਮਾਨ ਨਾਮ ਦਾ ਇੱਕ ਸ਼ਖਸ ਹੈ ਸਿੰਗਰ, ਆਪਣੇ ਆਪ ਨੂੰ ਬਣਨ ਦੀ ਕੋਸ਼ਿਸ਼ ਕੀਤੀ ਉਹਨੇ ਭਗਵਾਨ ਸ਼ਨੀ ਦੇਵ 'ਤੇ ਟਿੱਪਣੀ ਕੀਤੀ, ਅਸੀਂ ਉਹਦੇ 'ਤੇ ਆਪਣਾ ਪਰਚਾ ਦਰਜ ਕਰਾਉਣਾ ਸੀ। ਬਸ ਜੀ ਸਮਝੇ ਨਹੀਂ, ਹਾਂ ਉਹਨਾਂ ਨੂੰ ਬੇਵਕੂਫਾਂ ਨੂੰ ਇਹ ਲੱਗਦਾ ਸੀ ਵੀ ਹਿੰਦੂ ਜਿਹੜਾ ਉਹ ਇਕੱਠਾ ਨਹੀਂ ਹੁੰਦਾ, ਉਹ ਹਿੰਦੂ ਜਿਹੜਾ ਕੀ ਕਰਾਏਗਾ, ਅਤੇ ਹਿੰਦੂ ਅੱਜ ਕੁਰਬਾਨੀ ਦੇਣ ਲਈ ਤਿਆਰ ਬੈਠਾ, ਅੱਜ ਹਿੰਦੂ ਕੁਰਬਾਨੀ ਦੇਣ ਲਈ ਤਿਆਰ ਬੈਠਾ, ਅੱਜ ਅਸੀਂ ਕਾਰਵਾਈ ਕਰਾ ਕੇ ਉੱਠਾਂਗੇ, ਚਾਹੇ ਸਾਡੀਆਂ ਜਾਨਾਂ ਚਲੀ ਜਾਣ, ਜਾਂ ਤਾਂ ਸਾਡੀਆਂ ਇੱਥੋਂ ਲਾਸ਼ਾਂ ਜਾਣਗੀਆਂ, ਜਾਂ ਫਿਰ ਅਸੀਂ ਕਾਰਵਾਈ ਕਰਾਵਾਂਗੇ। ਮੈਂ ਕਹਿੰਦਾ ਜੀ ਅਸੀਂ ਬੈਠੇ ਰਹਾਂਗੇ, ਅਸੀਂ ਅੱਜ ਤਾਂ ਅਸੀਂ ਧਰਨਾ ਲਾਇਆ ਹੋਇਆ, ਇਹ ਧਰਨਾ ਰਾਤ ਤੱਕ ਚੱਲਦਾ ਰਹੇਗਾ, ਉਸ ਤੋਂ ਬਾਅਦ ਕੱਲ੍ਹ ਅਸੀਂ ਮਰਨ ਵਰਤੇ ਇੱਥੇ ਬੈਠਾਂਗੇ, ਪੱਕਾ ਟੈਂਟ ਲਗਾ ਦਾਂਗੇ, ਕੁਛ ਖਾਵਾਂਗੇ ਵੀ ਨਹੀਂ, ਕੱਲ੍ਹ ਕੁਛ ਖਾਵਾਂਗੇ ਨਹੀਂ, ਪਰਸੋਂ ਤੋਂ ਪਾਣੀ ਪੀਣਾ ਹੀ ਬੰਦ ਕਰ ਦਾਂਗੇ, ਮਰਨ ਵਰਤ ਕੱਲ੍ਹ ਭੁੱਖ ਹੜਤਾਲ ਕਰਾਂਗੇ, ਪਰਸੋਂ ਮਰਨ ਵਰਤ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਸਾਨੂੰ ਲੱਗੂਗਾ ਵੀ ਸਾਡਾ ਕੰਮ ਨਹੀਂ ਹੋ ਰਿਹਾ, ਫਿਰ ਅਸੀਂ ਆਪ ਵੀ ਮਰਾਂਗੇ ਔਰ ਇਹਨਾਂ ਨੂੰ ਵੀ ਨਾਲ ਲੈ ਡੁੱਬਾਂਗੇ। ਅਸੀਂ ਅੱਜ ਗੁਰਮਨ ਮਾਨ ਇੱਕ ਸਿੰਗਰ ਆ ਜਿਹਨੇ ਭਗਵਾਨ ਸ਼ਨੀ ਦੇਵ ਬਾਰੇ ਟਿੱਪਣੀ ਕੀਤੀ ਹੈ, ਉਹਦੀ ਕੰਪਲੇਂਟ ਲੈ ਕੇ ਇੱਥੇ ਆਇਆ ਸੀ, ਕੰਪਲੇਂਟ ਦਿੱਤੀ ਆ, ਅਤੇ ਜਦੋਂ ਕੰਪਲੇਂਟ ਦਿੱਤੀ SHO ਸਾਹਿਬ ਆਏ ਨੇ ਅਤੇ ਸਾਡੇ ਮੁੰਡੇ ਨੇ ਨਾਰਾ ਲਾਇਆ ਜੈ
ਸ਼੍ਰੀ ਰਾਮ, ਉਹ ਕਹਿੰਦਾ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਕਿਉਂ ਲਾਇਆ, ਚਲੋ ਬਾਹਰ ਥਾਣੇ ਤੋਂ ਪ੍ਰਭੂ ਰਾਮ ਦਾ ਨਾਰਾ ਲਾਉਣ ਨਾਲ ਸਾਨੂੰ ਬਾਹਰ ਕੱਢਦਾ ਥਾਣੇ ਤੋਂ। ਜੇ ਥਾਣੇ ਦੇ ਬਾਹਰ ਲਿਖਿਆ ਹੋਣਾ ਕਿੱਥੇ ਭਗਵਾਨ ਰਾਮ ਦਾ ਨਾਰਾ ਲਾਇਆ, ਚਲੋ ਅਸੀਂ ਨਾ ਲਾਉਂਦੇ, ਪਰ ਅਸੀਂ ਭਾਰਤ ਦੇ ਵਿੱਚ ਰਹਿੰਦੇ, ਪੰਜਾਬ 'ਚ ਰਹਿੰਦੇ ਹਾਂ, ਪ੍ਰਭੂ ਰਾਮ ਦਾ ਨਾਰਾ ਲਾਇਆ। ਅਸੀਂ ਕਿਸੇ ਦਾ ਮੁਰਦਾਬਾਦ ਤਾਂ ਨਹੀਂ ਕੀਤਾ, ਕਿਸੇ ਸਰਕਾਰ ਦਾ ਮੁਰਦਾਬਾਦ ਨਹੀਂ ਕੀਤਾ, ਕਦੇ ਪੁਲਿਸ ਦਾ ਮੁਰਦਾਬਾਦ ਨਹੀਂ ਕੀਤਾ, ਇਹ ਤਾਂ ਪ੍ਰਭੂ ਰਾਮ ਦਾ ਨਾਰਾ ਲਾਇਆ। ਕੰਪਲੇਂਟ ਸਿੰਗਰ ਦੇ ਖਿਲਾਫ ਸੀਗੀ, ਉਹਨੇ ਸਾਡੇ ਭਗਵਾਨ ਸ਼੍ਰੀ ਦੇ ਬਾਰੇ ਵੱਧਾ ਟਿੱਪਣੀ ਕੀਤੀ ਗਾਣੇ ਦੇ ਵਿੱਚ। ਗੁਰਮਨ ਮਾਨ ਜੀ, ਉਹਨੇ ਭਗਵਾਨ ਸ਼੍ਰੀ ਦੇ ਬਾਰੇ ਵੱਧਾ ਟਿੱਪਣੀ ਕੀਤੀ ਹੈ, ਮੈਂ ਉਹ ਦੱਸਣਾ ਨਹੀਂ ਚਾਹੁੰਦਾ ਆਪਣੇ ਮੂੰਹ ਨਾਲ, ਕਿਉਂਕਿ ਮੈਂ ਪਾਪ ਨਹੀਂ ਕੱਟਣਾ ਚਾਹੁੰਦਾ ਇਸ ਚੀਜ਼ ਦਾ। ਧਰਨਾ ਹੁਣ ਜਾਰੀ ਹੈ ਜੀ, ਜਦ ਤੱਕ ਕਾਰਵਾਈ ਨਹੀਂ ਹੋਈ ਤਦ ਤੱਕ ਧਰਨਾ ਜਾਰੀ ਹੈ। ਸਾਡੀ ਮੰਗ ਹੈ ਜੀ, ਪ੍ਰਭੂ ਰਾਮ ਦੇ ਖਿਲਾਫ਼ ਜਿਹਨੇ ਵੱਧਾ ਟਿੱਪਣੀ ਕੀਤੀ ਸ਼ਨੀ ਜੀ ਦੇ ਬਾਰੇ, ਕਿਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇਹ ਵੀ ਹਿੰਦੂ ਸੰਗਠਨਾਂ ਵੱਲੋਂ ਇੱਕ ਗੁਰਮਨ ਮਾਨ ਕਲਾਕਾਰ ਆ ਕੋਈ, ਉਹਦੇ ਖਿਲਾਫ਼ ਇਹਨਾਂ ਨੇ ਦਰਖਾਸਤ ਦਿੱਤੀ ਹੈ ਵੀ ਉਹਨੇ ਕੋਈ ਗੀਤ ਗਾਇਆ ਗਾ, ਉਹ ਜਦ ਗੀਤ ਦੇ ਨਾਲ ਸਾਡੀਆਂ ਅਤੇ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਹੈ, ਉਹ ਦਰਖਾਸਤ ਇਹਨਾਂ ਨੇ ਦਿੱਤੀ ਹੈ। ਦਰਖਾਸਤ ਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ, ਪੜਤਾਲ ਤੋਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਕਰਾਂਗੇ। ਪਰ ਸਰ ਸੰਗਠਨ ਦਾ ਕਹਿਣਾ ਕਿ ਅਸੀਂ ਦਰਖਾਸਤ ਦਿੱਤੀ, ਸਾਡੇ 'ਤੇ FIR ਨਹੀਂ ਕਰ ਰਹੇ। FIR ਪੜਤਾਲ ਤੋਂ ਬਾਅਦ ਹੋਏਗੀ, ਕਿਉਂਕਿ ਪੜਤਾਲ ਦੇ ਵਿੱਚ ਦਰਖਾਸਤ ਹੈਗੀ ਆ, ਉਹ ਐਕਚੁਅਲੀ ਸਾਡੇ ਏਰੀਏ ਦਾ ਉਹ ਰਹਿਣ ਵਾਲਾ ਨਹੀਂ ਗਾ ਸਿੰਗਰ, ਨਾ ਉਹ ਹਜੇ ਤੱਕ ਇਹ ਕਲੀਅਰ ਹੋਇਆ ਵੀ ਉਹ ਕਿੱਥੋਂ ਗਾਣਾ ਸ਼ੂਟ ਹੋਇਆ, ਕੀ ਹੋਇਆ, ਇਹਦੀ ਸਾਰੀ ਪੜਤਾਲ ਹੋਣੀ ਆ, ਉਹਨੂੰ ਵੀ ਇਹਦੇ ਵਿੱਚ ਪੜਤਾਲ ਕੀਤਾ ਜਾਣਾ। ਪੜਤਾਲ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਫਿਰ FIR ਦਰਜ ਹੋਣੀ ਹੈ। ਸਰ ਜਿੱਦਾਂ ਕਿ ਧਰਨਾ ਲਾ ਕੇ ਬੈਠੇ ਆ, ਇਹਨਾਂ ਦਾ ਕਹਿਣਾ ਕਿ ਜਦ ਤੱਕ FIR ਨੂੰ ਜੇ ਧਰਨਾ ਲਾ ਕੇ ਬੈਠੇ ਰਹੋਗੇ, ਕਾਨੂੰਨ ਆਪਦੀ ਕਾਰਵਾਈ ਕਰੇਗਾ।